ਮਾਣਯੋਗ ਸ਼੍ਰੀਮਤੀ ਡੀ ਸੁਡਰਵਿਲੀ ਆਈਪੀਐਸ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ 10 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ। ਹਰਵਿੰਦਰ ਸਿੰਘ ਚੀਮਾ ਡੀਐਸਪੀ ਵੱਲੋਂ ਮੁਕੱਦਮੇ ਦੀ ਬਰੀਕੀ ਨਾਲ ਛਾਣਬੀਨ ਕਰਦੇ ਹਾਂ। ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਇਸ ਮੁਕੱਦਮੇ ਨੂੰ ਟਰੇਸ ਕੀਤਾ ਹੈ ਅਤੇ ਪੁਲਿਸ ਵੱਲੋਂ ਦੋਸ਼ੀ ਮ੍ਰਿਤਕ ਦੀ ਭੈਣ ਸੁਮਨਦੀਪ ਕੌਰ, ਗਗਨਦੀਪ ਸਿੰਘ ਗਗਨਾ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਜਸੋਵਾਣਾ, ਅੰਕੁਸ਼ ਕੁਮਾਰ ਪੁੱਤਰ ਅਸ਼ੋਕ ਵਾਸੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਕਤ ਮੁਕੱਦਮੇ ਵਿੱਚ ਨਾਮਜ਼ਦ ਕਰਦੇ ਹੋਏ ਦੋਸ਼ੀ ਗਗਨਦੀਪ ਗੋਗਨਾ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਸੰਦੀਪ ਸਿੰਘ ਸਮਾਨ ਲੈਣ ਗਿਆ ਸੀ ਜੋ ਘਰ ਵਾਪਸ ਨਹੀਂ ਆਇਆ। ਉਸ ਦੀ ਸਾਰੀ ਰਾਤ ਭਾਲ ਕੀਤੀ ਗਈ। ਦੂਸਰੇ ਦਿਨ ਮਾਈਨਰ ਦੀ ਚਾਲ ਵਾਲੀ ਸਾਈਡ ਖੇਤਾਂ ਵਿੱਚ ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ ਸੀ। ਮੌਕੇ ਤੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਲੜਕੇ ਸੰਦੀਪ ਕੁਮਾਰ ਦੀ ਲਾਸ਼ ਸੀ। ਕੱਲ ਹਮਾਰਾ ਸਦਰ ਮੁਕਤਸਰ ਥਾਣਾ ਮੇ ਇੱਕ ਇਤਲਾ ਮਿਲੀ ਹੈ। ਇੱਕ ਸੰਦੀਪ ਸਿੰਘ ਨਾਮ ਦਾ ਵਿਅਕਤੀ ਹੈ, ਸੰਦੀਪ ਸਿੰਘ ਪੁੱਤਰ ਲੇਟ ਇਕਬਾਲ ਸਿੰਘ, ਉਸਕੀ ਮਦਰ ਨੇ ਕਾਲ ਕੀਆ ਕਿ ਜੋ ਮੇਰਾ ਲੜਕਾ ਹੈ ਵੋ ਬੁੱਢਾ ਗੁੱਜਰ ਵਹਾਂ ਪੇ ਨੀਅਰ ਕੈਨਾਲ ਉਸਕੀ ਜੋ ਡੈੱਡ ਬਾਡੀ ਪੜੀ ਹੈ। ਜਿਸ ਜੈਸੇ ਹੀ ਇਤਲਾ ਮਿਲਣ ਤੋਂ ਹਮਾਰੇ ਇਮੀਡੀਏਟਲੀ ਪੁਲਿਸ ਪਾਰਟੀ ਵਹਾਂ ਪੇ ਪਹੁੰਚੇ ਹੈ, ਆਪਣੇ ਐਸ ਪੀ ਸਾਹਿਬਾਨ ਦੀ ਲੀਡ ਕਰਕੇ ਵਹਾਂ ਪੇ ਪ੍ਰਾਪਰ ਇਨਵੈਸਟੀਗੇਸ਼ਨ ਹਮਨੇ ਕੀਆ। ਫਿਰ ਵਹਾਂ ਸੇ ਹਮੇ ਕਲੂਜ਼ ਵੀ ਕਾਫੀ ਐਵੀਡੈਂਸਸ ਵੀ ਹਮੇ ਮਿਲਾ ਹੈ, ਉਸਦੇ ਉੱਪਰ ਵਰਕਆਊਟ ਕਰਤੇ ਹੋਏ ਹਮੇ ਲੇਟ ਇਹ ਪਤਾ ਲਗਾ ਕਿ ਇਹ ਜੋ ਕਤਲ ਹੈ ਇਸਕਾ ਮਾਸਟਰ ਮਾਈਂਡ ਤਿੰਨ ਬੰਦੇ ਹੈ, ਇੱਕ ਗਗਨਦੀਪ ਸਿੰਘ ਗਗਨਾ ਪੁੱਤਰ ਸ਼ਿੰਦਰਪਾਲ, ਇਹ ਵੀ ਜੱਸੇਆਣਾ ਪਿੰਡ ਕਾ ਹੈ, ਮ੍ਰਿਤਕ ਜੋ ਸੰਦੀਪ ਸਿੰਘ ਵੀ ਉਹੀ ਪਿੰਡ ਦਾ ਹੈ, ਔਰ ਇੱਕ ਹੋਰ ਬੰਦਾ ਅੰਕੁਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼੍ਰੀ ਮੁਕਤਸਰ ਸਾਹਿਬ, ਐਂਡ ਤੀਸਰਾ ਜੋ ਇਸਮੇ ਇਨਵਾਲਵਮੈਂਟ ਹੈ ਜੋ ਮ੍ਰਿਤਕ ਹੈ ਉਸਕੀ ਸਿਸਟਰ ਦੀ ਇਨਵਾਲਵਮੈਂਟ ਹੈ, ਉਸਕੀ ਸੁਮਨਦੀਪ ਕੌਰ ਇਸਕੀ ਸਿਸਟਰ ਹੈ। ਐਕਚੁਅਲੀ ਇਸਮੇ ਵਜ੍ਹਾ ਰੰਜਿਸ਼ ਇਹ ਸੀ, ਸੁਮਨਦੀਪ ਦੀ ਜੋ ਫਰੈਂਡਸ਼ਿਪ ਹੈ ਉਹ ਪਹਿਲੇ ਗਗਨਦੀਪ ਨਾਲ ਪਹਿਲੇ 3-4 ਸਾਲ ਪਹਿਲੇ ਸੀ, ਐਂਡ ਦੈਨ ਅੰਕੁਸ਼ ਕੁਮਾਰ ਕੇ ਸਾਥ ਅਭੀ 1.5 ਸਾਲ ਪਹਿਲੇ ਉਨਕੀ ਕੋਈ ਫਰੈਂਡਸ਼ਿਪ ਸੀ। ਇਸਕੋ ਇਹ ਜਿਹੜਾ ਮ੍ਰਿਤਕ ਹੈ ਵੋ ਇਸਕੋ ਕਾਫੀ ਇਤਰਾਜ਼ ਕਰਤਾ ਹੈ ਕਿ ਬਾਰ ਬਾਰ ਆਪਣੀ ਬਹਿਨ ਕੇ ਸਾਥ ਇਸ ਲਈ ਇਹ ਲੜਤਾ ਵੀ ਹੈ, ਇਸੀ ਕਰਕੇ ਇਨ ਦੋਨੋਂ ਨੇ ਪਲਾਨ ਕਰਕੇ ਇਹ ਮਰਡਰ ਐਗਜ਼ੀਕਿਊਟ ਕੀਆ ਹੈ। ਇਸਮੇ ਵਹਾਂ ਪੇ ਮੌਕਾ ਪੇ ਇਨ੍ਹੋਂਨੇ ਪਹਿਲੇ ਐਸੇ ਪਲਾਨ ਕੀਆ ਹੈ, ਜੋ ਸੰਦੀਪ ਕੁਮਾਰ ਹੈ ਉਸਕੋ ਉਹ ਪਹਿਲੇ ਨਸ਼ਾ ਕਰਦਾ ਸੀ, ਫਿਰ ਬਾਅਦ 'ਚ ਵੋ ਹਟ ਗਿਆ, ਲੇਕਿਨ ਇਨ੍ਹੋਂਨੇ ਇਸਕੋ ਨਸ਼ਾ ਦੀ ਕੋਈ ਲਾਲਚ ਮੇ ਉਸਕੋ ਲੈ ਕੇ ਗਏ। ਇਨਕਾ ਪਲਾਨਿੰਗ ਵੀ ਇਹ ਸੀ ਕਿ ਵਹਾਂ ਪੇ ਹਮ ਸਿਰੰਜ ਛੋੜ ਕੇ ਆਏਂਗੇ ਤਾਂ ਕਿ ਇਹ ਓਵਰਆਲ ਇਹ ਲੱਗੇਗਾ ਕਿ ਇਹ ਨਸ਼ਾ ਕਰਕੇ ਮਰ ਗਿਆ, ਓਵਰ ਡੋਸੇ ਮਰ ਗਿਆ। ਇਸ ਪਲਾਨਿੰਗ ਨਾਲ ਵੋ ਲੈ ਕੇ ਗਏ ਹੈ, ਲੇਕਿਨ ਐਟ ਦ ਐਂਡ ਆਫ ਦ ਡੇ ਵਹਾਂ ਪੇ ਜਬ ਇਨ੍ਹੋਂਨੇ ਕੋਸ਼ਿਸ਼ ਕੀਆ ਹੈ ਇਸਕੀ ਜੋ ਡੈਥ ਨਹੀਂ ਹੋਈ ਹੈ ਸੰਦੀਪ ਸਿੰਘ ਦੀ, ਜਬ ਇਨ੍ਹੋਂਨੇ ਚੈੱਕ ਕੀਆ ਕਿ ਇੰਜੈਕਸ਼ਨ ਇਨ੍ਹੋਂਨੇ ਕਾਲੀ ਇੰਜੈਕਸ਼ਨ ਲਗਾਇਆ, ਐਮਟੀ ਸਿਰੰਜ ਸੀ ਉਨਕੇ ਪਾਸ, ਇਨਕੇ ਮਨ ਮੇ ਇਹ ਵੀ ਸੀ ਕਿ ਮੈਨੇ ਐਮਟੀ ਸਿਰੰਜ ਹਮ ਲਗਾਏਂਗੇ ਕਹੀਂ ਨਾ ਕਹੀਂ ਬਲੱਡ ਕਲਾਟੇਜ ਹੋ ਜਾਏਗਾ, ਲੇਕਿਨ ਜਬ ਮ੍ਰਿਤਕ ਉਹ ਉਸ ਸਮੇਂ ਤੱਕ ਵੋ ਜਿੰਦਾ ਹੀ ਸਾ, ਦੈਨ ਗਗਨਦੀਪ ਨੇ ਔਰ ਅੰਕੁਸ਼ ਨੇ ਇੱਕ ਛੋਟਾ ਵੈਪਨ ਵੀ ਇਹਨਾਂ ਦੇ ਨਾਲ ਸੀ ਕਿ ਛੋਟਾ ਇੱਕ ਨਾਈਫ ਟਾਈਪ ਕਾ ਇਹ ਨਾਲ ਲੈ ਕੇ ਗਏ ਸੀ, ਉਹਦੇ ਨਾਲ ਇਸਕੀ ਗਰਦਨ ਵਿੱਚ ਮਾਰ ਕੇ ਇਨਕੋ ਮਾਰ ਦਿਆ। ਜੋ ਅਭੀ ਹਮਾਰਾ ਪੋਸਟਮਾਰਟਮ ਰਿਪੋਰਟ ਵਿੱਚ ਵੀ ਇਹ ਇਸਕੀ ਜੋ ਕਾਸ ਆਫ ਡੈਥ ਹੈ ਉਹ ਇੰਜੂਰੀ ਕਰਕੇ ਇਸਕੀ ਕਾਸ ਆਫ ਡੈਥ ਵੀ ਹੋਇਆ ਹੈ। ਅਭੀ ਇਸ ਕੇਸ ਮੇ ਹਮਨੇ ਵਿਦਿਨ 10 ਹਵਰਸ ਹਮਾਰਾ ਪੂਰਾ ਟੀਮ DSP ਮੁਕਤਸਰ ਔਰ ਹਮਾਰਾ ਨਯਾ ਪ੍ਰੋਬੇਸ਼ਨਰ DSP ਇਹਨੋ ਸਾਰੇ ਨੇ ਟੀਮ ਵਧੀਆ ਵਰਕਆਊਟ ਕਰਕੇ ਇਸਕੋ ਵਿਦਿਨ 10 ਹਵਰਸ ਹਮਨੇ ਗਗਨਦੀਪ ਕੋ ਅਭੀ ਅਰੈਸਟ ਕਰ ਲਿਆ। ਇਸਕੀ ਜੋ ਦੂਸਰਾ ਸਾਥੀ ਹੈ ਜੋ ਅੰਕੁਸ਼ ਕੁਮਾਰ ਉਸਕੇ ਬਾਰੇ ਮੇ ਹਮੇ ਬਹੁਤ ਕ੍ਰੈਡੀਬਲ ਇਨਫੋਰਮੇਸ਼ਨ ਮਿਲ ਗਿਆ, ਉਸਕੋ ਵੀ ਹਮੇ ਉਮੀਦ ਹੈ ਕਿ ਅਭੀ 2-3 ਘੰਟੇ ਤੱਕ ਹਮ ਅੰਕੁਸ਼ ਕੋ ਵੀ ਅਰੈਸਟ ਕਰ ਲੇਂਗੇ। ਅਭੀ ਇਨਕੀ ਜੋ ਵੈਪਨ ਹੈ ਜਿਸ ਵੈਪਨ ਸੇ ਇਨਕੋ ਮਾਰਾ ਹੈ ਵੋ ਰਿਕਵਰੀ ਕਰਨਾ ਬਾਕੀ ਹੈ, ਔਰ ਜੋ ਮੋਟਰਸਾਈਕਲ ਇਨ੍ਹੋਂਨੇ ਯੂਜ਼ ਕੀਆ ਹੈ ਸੰਦੀਪ ਕੋ ਉਸਕੇ ਘਰ ਦੇ ਨੇੜੇ ਇਨ੍ਹੋਂਨੇ ਪਿਕਅਪ ਕੀਆ ਹੈ, ਗਗਨਦੀਪ ਅੰਕੁਸ਼ ਸੰਦੀਪ ਇਹ ਤੀਨੋਂ 10:30 ਰਾਤ ਵਹਾਂ ਪੇ ਗਏ ਹੈ, ਜਿਸ ਉਸ ਪਰਪਸ ਕੇ ਲੀਏ ਜੋ ਮੋਟਰਸਾਈਕਲ ਇਨ੍ਹੋਂਨੇ ਯੂਜ਼ ਕੀਆ ਵੋ ਅਭੀ ਅਭੀ ਰਿਕਵਰ ਕਰਨਾ ਬਾਕੀ ਹੈ। ਇਨਕਾ ਪੁਲਿਸ ਰਿਮਾਂਡ ਲੈ ਕੇ ਹਮ ਇਹ ਸਾਰੇ ਐਵੀਡੈਂਸ ਜੋ ਹਮਨੇ ਔਰ ਐਵੀਡੈਂਸ ਇਕੱਠੇ ਕਰੇਂਗੇ ਔਰ ਇਹ ਰਿਕਵਰ ਕਰੇਂਗੇ ਮੋਟਰਸਾਈਕਲ। ਇਨਕੇ ਉੱਪਰ ਅਭੀ ਤੱਕ ਜੋ ਕੋਈ ਕ੍ਰਿਮੀਨਲ ਰਿਕਾਰਡ ਪੁਰਾਣਾ ਕੋਈ ਸਾਹਮਣੇ ਨਹੀਂ ਆਇਆ ਜੀ। ਉਹ ਪਹਿਲੇ ਉਸਕੀ ਸ਼ਾਦੀ ਹੋਈ ਸੀ, ਲੇਕਿਨ ਉਸਕੀ ਪਹਿਲੀ ਸ਼ਾਦੀ ਤੋਂ ਮਤਲਬ ਸ਼ੀ ਇਜ਼
उसको छोड़ के आ गई है अपने हस्बैंड को, अभी वो सिंगल ऐसे अकेले ही रह रही है वो। मैडम उसका रेजिडेंस गांव में है या कहीं और रहती है जो सिस्टर? उसके पहले वो रेजिडेंस गांव में ही थी, अभी हमें दौरान पूछकिछ ये भी सामने आया कहीं पे वो रेंट पे भी लेके रहने के लिए रेंट पे भी कमरा लिया है, लेकिन ये अभी इसको डीपली इन्वेस्टिगेशन करनी थी लोड है, उसके बाद हम क्लियरली कह सकते हैं।